लेकर सारा काम आपे करया कर, नाले मेरी गल सुन ला, ओ पे थापा ओ भैया साबण चक कपड़े उथे धोला जाके, ए ता मशीन मेरे बंदे ने लेके आंदी है, कल्ली मई धोऊंगी इच ता। गल सुननी मेरी, मारी जानी है जवा, बंदा बंदा ना छड़िए, पुत ता मेरा ही है, सारा दिन सिर ते चढ़ के बैठी हैगी। तुसी क्यों जुलूस करदी हो, थोड़ा रोज दा काम हो गया, आ मशीन जी नु बेचूंगा मैं, थोनू दसदा अग ला दूंगा इनू मैं, जाओ जाओ उथे जाके दोने जणियां जाके हाथी कपड़े धोवो। कपड़े जे धो दा फिर कोई होर काम करो, पानी बहुत है। ले इतने में चार भांडे मार दा, दो दिन हो गए भांडे बिची पे, कल आले भी मांजन आले पे सी, चल कोई नहीं अज ही मांज दिनी आ, फिर की हुंदा। ले भांडे भी कल दे पए गए खाने रात आले। ओ भाई। हां मामा। ए तू मशीन लाई आ मेरे भी धो दे एक शूट दा। ओहो मामा मेरी गल सुन, मैं ता भाई कपड़े पा रखे आ हुण, ते आ तेरे इक सूट दी खातर मैनूं दुबारे चलाउणी पऊ, ऐ कर बेबे धोऊगी कपड़े ओह तो धवा ली। चल भाई तेरी मर्जी आ, भैन नूं कह दिंदा मैं ता इक सूट आ मेरा ता। आहो आहो कह दे ओहनूं। ओ भैणे जे तूं कपड़े धोएगी तां मेरा भी धो दी कुड़ता चादरा, ओ बहू नूं कहा सी ओ सौ सौ परखदी आ तेरे लीड़िया ना, मैं आप दे लीड़े के में धोवां, सड़े लीड़े आ जाओ आ बाओ आ। ते तू ओदे कोले लै के कास तो गया, मैं ला धोनी आ, ओ पए अपने कठे करे, ओने ला रखी है मशीन। ओ मैनू आए सी लाई बैठी आ, पाई बैठी सी कपड़े, मैं कहा चल मेरे ना ता की धो दूगी, जदो तेरे अगे नहीं करे धोते, अज के मैं धो दूगी, ओ तो आप दे धोते आंदे, ओ जूठे भांडे ता रात दे कठे करी बैठे, हुण मांज के हटी आओ, ओ चल मैं आपे धो दूंगी, तू ऐ मेरे मिंटा ही कड्डा करो तू सारा दिन, चल तो सत्ता चढ़ा छड्डी बहू बहू सारा दिन। मन पक्की सरफ ते दो सूट है ना, मेरे कपड़े बाहर कड्डी है दिया, इन्हें कहा सी तेनू ना मैं धोने नहीं, तू सारे मशीन रोक के पा जानी है, सुनेहा मशीन रोकने वाली केड़ी गल है, ਬੰਦੇ ਨੇ ਮਸ਼ੀਨ ਲੈ ਕੇ ਆਂਦੀ ਆ, ਮੈਂ ਤਾਂ ਧੋਉਂਗੀ ਕੱਪੜੇ, ਸਾਡੀ ਮਸ਼ੀਨ ਐ ਤੇਰੇ ਬੰਦੇ ਲਿਆਂਦੀ ਆ, ਆਹੋ ਆ ਚੱਕ ਆਪਦੇ ਕੱਪੜੇ, ਜਾਵੇ ਆ ਕੇ ਵੀ ਛੱਡਦੀ ਆ ਤੂੰ, ਆਏ ਸਿੱਟੂ ਮਾਤਾ ਨਾਲੇ ਮੇਰੀ ਗੱਲ ਸੁਣ, ਆ ਤੂੰ ਧੋਣੇ ਆ ਬਾਅਦ ਚ ਧੋਣੀ ਆਉਂਦੇ, ਪਹਿਲਾਂ ਮੈਂ ਧੋਉਂਗੀ ਕੱਪੜੇ, ਤੇ ਘੰਟਾ ਹੋ ਗਿਆ ਮਸ਼ੀਨ ਚੱਲੀ ਆਂਦੀ, ਤੂੰ ਕੱਢ ਲੈਣਾ ਹੁਣ, ਕਿੱਥੋਂ ਘੰਟਾ ਹੋ ਗਿਆ ਨਹੀਂ ਹੁਣ ਤਾਂ ਹਰੇ ਧੋਣਾ, ਤੇ ਹੋ ਲੈ ਮਸ਼ੀਨ ਦੁਬਾਰੇ ਚਲਾ ਕੇ ਬਟਨ ਦਬਾ ਕੇ ਕਰ ਲਾਂਗੀ, ਤੂੰ ਆਈਡੀ ਚਲਾ ਲੁੱਤੀ, ਤੂੰ ਬੰਦ ਕਰ ਕੇ ਗਈ ਆ, ਮੈਂ ਤਾਂ ਹੁਣ ਚਲਾ ਕੇ ਗਈ ਸੀ, ਹਰੇ ਸੂਟਾਂ ਦਾ ਵੀ ਉਹਨੀ ਚੇ ਤੂੰ ਲਾਈਟ ਬੱਚੂ ਤਾਂ ਥਾਰਾਂ ਦਾ ਵੀ ਇਹ ਗੋਲਾ ਵੱਜ ਜਾਂਦਾ ਇੱਕ ਧੋਣ ਦੀ, ਤੂੰ ਜੇ ਨਹੀਂ ਗੋਲੀ ਵੱਜਦੀ ਐ ਕਰਿਆ ਕਰ, ਫਿਰ ਆਪਦੇ ਆਲੇ ਦੇ ਨਾਲ ਨਾਲ ਸਾਡੇ ਵੀ ਕੱਪੜੇ ਧੋ ਦਿਆ ਕਰ, ਮੈਂ ਕਹਾਂ ਤੂੰ ਧੋਣੀ ਆ ਆਪੀ ਧੋਈ ਚੱਲਿਆ ਕਰ, ਸਾਰਾ ਕੰਮ ਆਪੇ ਕਰਿਆ ਕਰ, ਨਾਲੇ ਮੇਰੀ ਗੱਲ ਸੁਣ ਲੈ, ਉਹ ਪਿਆ ਥਾਪਾ ਉਹ ਭਈਆ ਸਾਬਣ ਚੱਕ ਕੱਪੜੇ ਉੱਥੇ ਧੋਣਾ ਜਾ ਕੇ, ਇਹ ਤਾਂ ਮਸ਼ੀਨ ਮੇਰੇ ਬੰਦੇ ਨੇ ਲੈ ਕੇ ਆਂਦੀ ਆ, ਕੱਲੀ ਮੈਂ ਹੀ ਧੋਉਂਗੀ ਇਹ ਚ ਤਾਂ। ਗੱਲ ਸੁਣਨੀ ਮੇਰੀ, ਮਾਰੀ ਜਾਂਦੀ ਆ ਜਵਾ, ਬੰਦਾ ਬੰਦਾ ਨਾ ਛੱਡੀਏ, ਪੁੱਤ ਤਾਂ ਮੇਰਾ ਹੀ ਹੈ, ਸਾਰਾ ਦਿਨ ਸਿਰ ਤੇ ਚੜ ਕੇ ਬੈਠੀ ਹੈਗੀ। ਇੰਨੀ ਔਖੀ ਸੀ ਨਾ ਵਿਆਹੁੰਦੀ ਪੁੱਤ ਨੂੰ, ਫਿਰ ਲਾ ਰੱਖੀ ਆ ਹੁਣ, ਮੈਂ ਹੁਣ ਕਿੱਧਰ ਮੂੰਹ ਚੱਕ ਲਿਆ ਤੂੰ, ਮੈਂ ਤੈਨੂੰ ਕਿੰਨੇ ਵਾਰੀ ਕਹਤਾ ਦੇ ਕੱਪੜੇ ਚੱਕ ਕੇ ਪਰ ਆਪਾਂ ਜਾਂਦੇ ਨਾ ਨੂੰ ਚੱਲ, ਓਹ ਹੋ ਕੀ ਹੋ ਗਿਆ ਬੱਤੇ, ਓ ਵੀਰਪਾਲ ਕੀ ਹੋ ਗਿਆ, ਕਿਉਂ ਰੋਲਾ ਪਾਇਆ, ਓ ਸੁਣਦੇ ਪਿੰਡ ਦੀ ਦੂਜੀ ਗਲੀ ਚ, ਓ ਤੁਸੀਂ ਕਿਉਂ ਜਲੂਸ ਕਰਦੇ ਹੋ, ਤੁਹਾਡਾ ਰੋਜ਼ ਦਾ ਕੰਮ ਹੋ ਗਿਆ, ਆ ਮਸ਼ੀਨ ਜੀ ਨੂੰ ਵੇਚੂਗਾ ਮੈਂ, ਤੁਹਾਨੂੰ ਦੱਸਦਾ ਅੱਗ ਲਾ ਦੂੰਗਾ ਇਹਨੂੰ ਮੈਂ, ਜਾਓ ਜਾਓ ਉੱਥੇ ਜਾ ਕੇ ਦੋਨੇ ਜਣੀਆਂ ਜਾ ਕੇ ਹੱਥੀ ਕੱਪੜੇ ਧੋਵੋ, ਕਿਸੇ ਨੇ ਨਹੀਂ ਕੰਮ ਕਰਨਾ ਇੱਥੇ, ਲੱਗ ਜਾਂਦੀਆਂ ਰੋਜ਼ ਜਲੂਸ ਕੱਢਣ, ਓ ਸੁਣਦੀਆਂ ਸੁੱਖੇ ਗੀਤ ਗਾਉਣ ਤੇ, ਧੋਲੇ ਧੋਲੇ ਤੂੰ ਤਾਂ ਨਾ ਧੋਣ ਦਿੱਤੇ, ਆਹੋ ਤੂੰ ਤਾਂ ਨਾ ਆ ਤੂੰ ਵੀ ਹੱਥਾਂ ਦੇ ਕੋਈ ਰੋਜ਼ ਜਲੂਸ ਕੱਢਦੀ ਆ, ਰੋਜ਼ ਮੇਰਾ ਕੋਈ ਨਾ ਕੋਈ ਕੰਮ ਵਿਚਾਰੇ ਛਡਾ ਦਿੰਦੀ ਆ, ਆਪ ਤਾਂ ਇਹਨੇ ਕਰਨਾ ਨਹੀਂ ਧਰਨਾ ਨਹੀਂ ਕੁਛ, ਇਹਨਾਂ ਦਾ ਵੀ ਕੁੱਤ ਕਲੇਸ਼ ਜਾਂ ਮੁੱਕਦਾ ਹੀ ਨਹੀਂ, ਸਾਰਾ ਦਿਨ ਹੀ ਝੱਜੂਏ ਪਾਈ ਜਾਂਦੀਆਂ, ਕੱਲ ਆਪਾਂ ਤਾਂ ਦੋ ਰੋਟੀਆਂ ਖਾਣੀਆਂ, ਕਿਸੇ ਪਾਸਿਓਂ ਤਾਂ ਮਿਲਣਗੀਆਂ ਹੀ, ਹੋ ਮਸਾਂ ਧੋ ਕੇ ਆਈਆਂ, ਹੱਥੀ ਕਿਹੜੇ ਧੋਣੇ ਸੌਖੇ ਆ, ਕੀ ਹੋ ਗਿਆ ਸੀ ਭੈਣੇ, ਭਾਰਾ ਝੱਜੂ ਪਾਈ ਜਾਂਦੀਆਂ ਸੀ, ਦੇ ਭਾਈ ਕੀ ਹੋਣਾ ਸੀ, ਪਹਿਲੀਆਂ ਤੇ ਲੀੜੇ ਪਾ ਕੇ ਬਹਿ ਗਈ ਮਸ਼ੀਨ ਚ, ਮੈਂ ਜਾ ਕੇ ਕੱਢਤੇ, ਉੱਥੋਂ ਕੇ ਹਾਂ ਹਾਂ ਮੈਂ ਧੋਊਂਗੀ, ਉਹ ਲਾਡੀ ਨੇ ਆ ਕੇ ਮਸ਼ੀਨ ਬੰਦ ਕਰਤੀ, ਲਾਡੀ ਕਹਿੰਦਾ ਹੱਥਾਂ ਦੇ ਧੋ ਦੋ ਨੇੜੀਆਂ, ਹੁਣ ਹੱਥਾਂ ਦੇ ਧੋ ਕੇ ਆਪ ਜਿਹੜੇ ਧੋ ਲਿਓ ਨੇ, ਮੈਂ ਹੱਥਾਂ ਦੇ ਧੋ ਕੇ ਆਈ ਹਾਂ, ਉਹ ਇਸੇ ਝੱਜੂ ਤੋਂ ਡਰਦਾ ਮੈਂ ਨੀ ਵਿਆਹ ਕਰਾਇਆ, ਮੈਨੂੰ ਪਤਾ ਤੀਵੀ ਜਾਂਦਾ, ਇਹ ਕਾਹਨੂੰ ਕੱਢਦੀਆਂ ਜਿੱਥੇ ਦੋ ਹੋਣ, ਫਿਰ ਭਾਈ ਹੁਣ ਵਿਆਹਣਾ ਤਾਂ ਸੀਗਾ ਹੀ ਮੁੰਡਾ, ਹੁਣ ਕੁਮਾਰਾ ਤਾਂ ਨਾ ਰੱਖ ਲੈਂਦੇ, ਨਿਕਾ ਜਾ ਤੂੰ ਝੰਝੋਲਤਾ, ਉਹ
तैनू भी आए सी भी छेती नूं दे हत्थां दीआं पक्कीआं खालां ना खांदी नी खाला गुलगुले खाला तू नी खांदा ਉਹ ਮੈਂ ਤਾਂ ਖਾ ਹੀ ਲੈਣਾ ਮੈਨੂੰ ਤਾਂ ਦੇ ਹੀ ਦਿੰਦੀ ਆ ਰੋਟੀ ਉਹ ਚੰਗੀ ਆ ਬਹੂ ਐ ਤਾਂ ਮੈਨੂੰ ਉਦੇ ਖਵਾਂਗਾ ਨਹੀਂ ਜਿੱਦੇ ਤੂੰ ਹੈ ਨਹੀਂ ਸੀ ਇੱਕ ਦਿਨ ਖਵਾਤਗਾ ਉਦੋਂ ਤੇ ਗਾਉਣਾ ਗਾਈਆ ਨਾ ਜਿਹੜੀਆਂ ਮੈਂ ਖਵਾਉਣੀਆਂ ਉਹ ਫੇਰੀਆਂ ਯਾਦ ਨਹੀਂ ਉਹ ਚੱਲ ਚੰਗਾ ਹੁਣ ਐਵੇਂ ਮੇਰੇ ਨਾਲ ਨਾ ਝੱਜੂ ਪਾਈ ਜਾ ਕਿਸੇ ਦਾ ਗੁੱਸਾ ਮੇਰੇ ਤੇ ਲਾਉਣ ਲੱਗ ਜਾ ਨਾ ਬਹੂ ਮੇਰ ਕਰਾਉਣਾ ਤੂੰ ਥੋੜੀ ਚਾਹ ਦੀ ਘੁੱਟ ਲਿਆ ਦੇ ਮੈਨੂੰ ਹੁਣ ਬਹੂ ਤੋਂ ਪੀ ਲੈ ਚਾਹ ਬਹੂ ਤੋਂ ਪੀ ਲੈ ਚਾਹ ਹਾਂ ਲੜਦੀ ਕਿਸੇ ਨਾਲ ਗੁੱਸਾ ਮੇਰੇ ਤੇ ਹਾਂਜੀ ਹਾਂਜੀ ਮੰਮੀ ਠੀਕ ਹੈ ਮੈਂ ਤਾਂ ਘਰੇ ਕੀ ਗੋਲੀ ਵੱਜੀ ਆ ਚੰਗੇ ਭਲੇ ਆ ਸਾਰੇ ਇਹਨਾਂ ਨੂੰ ਕੀ ਹੋਇਆ ਤੂੰ ਦੱਸ ਆਪਣੇ ਵੀਰੇ ਵਰਗੇ ਸਾਰੇ ਠੀਕ ਠਾਕ ਹੈ ਅੱਛਾ ਮੈਂ ਤਾਂ ਕੀ ਕਰੂੰਗੀ ਆ ਕੇ ਅੱਛਾ ਚੱਲ ਲੈ ਫਿਰ ਤਾਂ ਵਾਲੀ ਚੰਗੀ ਗੱਲ ਆ ਫਿਰ ਤਾਂ ਮੈਂ ਜ਼ਰੂਰ ਆਊਂਗੀ ਅਤੇ ਫਿਰ ਬੇਬੇ ਮੇਰੀ ਗੱਲ ਸੁਣ ਤੇ ਫਿਰ ਤਾਂ ਮੈਨੂੰ ਲੀੜਾ ਕੱਪੜਾ ਵੀ ਲੈ ਕੇ ਆਉਣਾ ਪਊਗਾ ਲੈ ਹੋਰ ਹੁਣ ਲੈ ਮੈਂ ਭੂਆਂਗੀ ਇੰਨਾ ਕੁ ਤਾਂ ਬਣਦਾ ਹੀ ਹੈ ਮੈਨੂੰ ਤਾਂ ਐਸੀ ਊਂ ਤਾਂ ਜਨਮ ਦਿਨ ਮਨਾਉਣ ਨੂੰ ਤਾਂ ਕੀ ਸੀ ਚੱਲ ਜੇ ਲੋਹੜੀ ਮਨਾ ਲੈਂਦਾ ਤਾਂ ਚੰਗੀ ਗੱਲ ਸੀ ਅੱਛਾ ਚੱਲ ਭਾਈ ਫਿਰ ਮਾਮੇ ਨਾਨਿਆਂ ਦੀ ਵੀ ਮੰਨਣੀ ਆ ਜੇ ਚੱਲ ਬਹੂ ਦੇ ਪੇਕੇ ਕਹਿੰਦੇ ਆ ਤਾਂ ਜਨਮ ਦਿਨ ਮਨਾ ਲਓ ਹਾਂ ਹਾਂ ਕੋਈ ਨਹੀਂ ਲੈ ਐਂ ਕਾਹਤੋਂ ਕਹਿੰਦੀ ਆ ਮੈਂ ਤਾਂ ਦੋ ਦਿਨ ਪਹਿਲਾਂ ਆ ਕੇ ਪਹਿਲਾਂ ਤੈਨੂੰ ਵੀ ਤਾਂ ਕੱਪੜਾ ਲੀੜਾ ਦਵਾ ਕੇ ਜਾਊਂਗੀ ਫਿਰ ਦੁਬਾਰੇ ਆ ਜਾਵਾਂਗੇ ਅਸੀਂ ਆਹੋ ਕੱਲ੍ਹ ਨੂੰ ਆਉਣੀ ਆ ਚੰਗਾ ਫਿਰ ਜਾਂਦੀ ਆ ਪੇਕਿਆਂ ਨੂੰ ਹੁਣ ਸਾਈਆਂ ਵਧਾਈਆਂ ਜਾਣ ਦੀਆਂ ਲਾਈ ਜਾਂਦੀਆਂ ਕਮਾਈ ਮੇਰੇ ਪੁੱਤ ਦੀ ਆ ਡੈਰੀ ਝੋਲੇ 'ਚ ਪਾ ਕੇ ਕਿਹੜਾ ਪਤਾ ਲੱਗਦਾ ਉਹ ਤਾਂ ਹੈਗਾ ਨਿਆਣਾ ਇਹ ਸਿਰ 'ਤੇ ਚੜ੍ਹੀ ਹੋਈ ਹੈਗੀ ਹੁਣ ਪੇਕਿਆਂ ਤਿਆਰ ਹੋ ਗਈ ਚੰਗਾ ਬੇਬੇ ਲੈ ਕਿਹੜਾ ਕੱਲ੍ਹ ਨੂੰ ਜਾ ਕੇ ਕੱਪੜੇ ਕੁੱਪੜੇ ਦਵਾਇਆ ਮੈਂ ਇੱਕ ਵਾਰੀ ਹਾਂ ਬੇਬੇ ਕਿਵੇਂ ਆਏ ਮੂੰਹ ਜਿਹਾ ਸਿੱਟੀ ਬੈਠੀ ਆ ਬੇ ਪੁੱਤ ਮੈਂ ਤਾਂ ਗੋਡੇ ਵਾਲੇ ਦੁਖਦੇ ਆ ਰਾਤ ਤਾਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈਗੀ ਕਿਉਂ ਮੈਨੂੰ ਤਾਂ ਤੂੰ ਭਾਈ ਦਵਾਈ ਦਵਾ ਕੇ ਲਿਆ ਮੈਂ ਤੈਨੂੰ ਕਈ ਵਾਰੀ ਆਖਿਆ ਅੱਗੇ ਮੈਨੂੰ ਕਿੱਥੇ ਕਿਹਾ ਤੂੰ ਆਖਿਆ ਤਾਂ ਹੈਗਾ ਪੁੱਤ ਕਈ ਵਾਰੀ ਤੂੰ ਗੱਲ ਹੀ ਨਹੀਂ ਸੁਣਦਾ ਮੇਰੀ ਹੋਰ ਇੱਕ ਝੋਲਿਆਂ 'ਚ ਪਿਆ ਰਹਿੰਦਾ ਪਤਾ ਨਹੀਂ ਕੀ ਕਰਦਾ ਕੀ ਨਹੀਂ ਤੇ ਮਾਮਾ ਘਰੇ ਵਿਹਲੇ ਹੀ ਹੁੰਦਾ ਉਹਨੂੰ ਕਹਿ ਦੇਣਾ ਮਾਮੇ ਦਾ ਕੀ ਸੁੱਖ ਸਹਾਰਾ ਤਾਂ ਉਹ ਖਾ ਕੇ ਰੋਟੀਆਂ ਬਹਿ ਗਿਆ ਤਾਂ ਉਸ ਤੇ ਜਾ ਕੇ ਉਹ ਕਿੱਥੋਂ ਲੈ ਜੂਗਾ ਕਮਾਲ ਲੈ ਤੇ ਵੀਰਪਾਲ ਕਿੱਥੇ ਆ ਵੀਰਪਾਲ ਤਾਂ ਅੰਦਰ ਕੋਈ ਕੰਮ ਧੰਦਾ ਕਰਦੀ ਹੋਣੀ ਤੇ ਨਾਲੇ ਤੇਰੀ ਮਾਸੀ ਬਿਮਾਰ ਆ ਉਹਦਾ ਪਤਾ ਲੈਣ ਜਾਣਾ ਗਾ ਕਿਉਂ ਕੀ ਹੋ ਗਿਆ ਮਾਸੀ ਉਹਦੇ ਸੱਲ ਸੁੱਲ ਘਟ ਗਏ ਬੁਖਾਰ ਨਾਲ ਫਿਰ ਐਂ ਕਹਿਣਗੇ ਵੀ ਆਏ ਨਹੀਂ ਫੋਨ ਕਰਿਆ ਸੀਗਾ ਤੇ ਤੂੰ ਮੇਰੇ ਪੁੱਤ ਮੰਨ ਕੇ ਮੈਂ ਲੈ ਕੇ ਚੱਲੀ ਨਾਲ ਤਾਂ ਉਧਰ ਨਾਲੇ ਦਵਾਈ ਦਵਾ ਕੇ ਲਿਆ ਚੱਲ ਕੋਈ ਨਹੀਂ ਤੂੰ ਤਿਆਰ ਹੋ ਜਾ ਦਵਾਈ ਦਾ ਤੈਨੂੰ ਮੈਂ ਹੁਣੀ ਦਵਾ ਲਿਆਉਂਗਾ ਤੇ ਮੈਂ ਰੋਟੀ ਰੋਟੀ ਖਾ ਲਾਂ ਫਿਰ ਉਦੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਚੰਗਾ ਚੱਲ ਠੀਕ ਹੈ ਫਿਰ ਮੈਂ ਹੁੰਨੀ ਆ ਤਿਆਰ ਹਾਂ ਠੀਕ ਹੈ ਚੰਗਾ ਆਈ ਦਾ ਸੂਟ ਪਾ ਦਿੰਨੀ ਆ ਬਾਕੀ ਆਉਂਦੀ ਪਾਏਗਾ ਆ ਗਏ ਤੁਸੀਂ ਹਾਂ ਆ ਗਿਆ ਆ ਕਿੱਧਰ ਦੀਆਂ ਤਿਆਰੀਆਂ ਹੋ ਜਾਂਦੀਆਂ ਲੈ ਤਿਆਰੀਆਂ ਤਾਂ ਹੁਣ ਕਰਨੀਆਂ ਹੀ ਸੀ ਤੇ ਆਹ ਮੇਰੇ ਭਤੀਜੇ ਦਾ ਜਨਮ ਦਿਨ ਆ ਮੰਮੀ ਦਾ ਫੋਨ ਆਇਆ ਸੀਗਾ ਤੇ ਉਹ ਮੈਨੂੰ ਆਏ ਕਹਿੰਦੇ ਸੀ ਕਹਿੰਦੇ ਕੱਲ ਨੂੰ ਸਾਨੂੰ ਆ ਕੇ ਕੱਪੜੇ ਲੀੜੇ ਦਵਾ ਦਿਓ ਤੁਸੀਂ ਦੋਵੇਂ ਜਣੇ ਤੇ ਫਿਰ 2-4 ਦਿਨਾਂ ਨੂੰ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਨਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮਾ ਚੱਲ ਤੁਸੀਂ ਲੋਹੜੀ ਮਨਾ ਲੈਂਦੇ ਉਹ ਕਹਿੰਦੇ ਕਿ ਵੀ ਮੇਰੇ ਭਰਾ ਦਾ ਸਾਲਾ ਕਹਿਣ ਲੱਗ ਗਿਆ ਵੀ ਨਹੀਂ ਤੁਸੀਂ ਜਨਮ ਦਿਨ ਮਨਾਓ ਜਨਮ ਦਿਨ ਮਨਾਓ ਕਹਿੰਦੇ ਮਸਾਂ ਤਾਂ ਮੁੰਡਾ ਹੋਇਆ ਤਾਂ ਕਰਕੇ ਹਾਂ ਤੇ ਚਲੋ ਫਿਰ ਆਪਾਂ ਮੈਂ ਤਾਂ ਕਰਕੇ ਤਿਆਰੀ ਕਰੀ ਸੀ ਮਾ ਚੱਲ ਤੜਕੇ ਆਪਾਂ ਰੱਬ ਸੁੱਖ ਰੱਖੇ ਸਨੇਹੀ ਚੜ ਚੱਲਾਂਗੇ ਤੂੰ ਮੈਨੂੰ ਤਾਂ ਪੁੱਛ ਲੈਣਾ ਸੀ ਤੈਨੂੰ ਕੋਈ ਕੰਮ ਕਾ ਹੈਗਾ ਕਿ ਐ ਨਹੀਂ ਕਿਉਂ ਤੈਨੂੰ ਕੀ ਕੰਮ ਇਹ ਜਾ ਕੰਮ ਕਾਰ ਨੂੰ ਕਿਉਂ ਨਹੀਂ ਉਹ ਮਾਂ ਬਿਮਾਰ ਹੋਈ ਪਈ ਆ ਉਹਨੂੰ ਦਵਾਈ ਦਵਾ ਕੇ ਲੈ ਕੇ ਆਉਣੀ ਆ ਬੂ ਮੈਂ ਮਰ ਜਾ ਮੈਂ ਤਾਂ ਜਿੱਦੇ ਕਿਤੇ ਜਾਣਾ ਹੁੰਦਾ ਉਦੋਂ ਤੇਰੀ ਮਾਂ ਨੂੰ ਸੂਲ ਹੋ ਜਾਂਦਾ ਕੁਛ ਨਾ ਕੁਛ ਹੋ ਹੀ ਰਹਿੰਦਾ ਉਹਨੂੰ ਤਾਂ ਅੱਛਾ ਉਹਨੂੰ ਉਦੋਂ ਬਿਮਾਰ ਹੁੰਦੀ ਹੈ ਜਿੱਦੇ ਮੈਂ ਕਿਤੇ ਜਾਣਾ ਹੁੰਦਾ ਉਹ ਤਾਂ ਕੱਲ ਦੇ ਗੋਡੇ ਗਿੱਟੇ ਦੁਖੀ ਜਾਂਦੇ ਆ ਦੱਸਦੀ ਨਹੀਂ ਉਹ ਕਿਸੇ ਨੂੰ ਮੈਂ ਤੈਨੂੰ ਕੀ ਪਤਾ ਤੂੰ ਤਾਂ ਬੋਲਾ ਹੈ ਉਹ ਤਾਂ ਗੋਡੇ ਗਿੱਟੇ ਤਾਂ ਉਦੀ ਦੁਖਣ ਲੱਗ ਜਾਂਦੇ ਆ ਜਦੋਂ ਕਿਤੇ ਮੈਂ ਜਾਣਾ ਆਉਣਾ ਹੁੰਦਾ ਜਾਂ ਮੇਰੇ ਪੇਕੇ ਜਾਣਾ ਉਦੋਂ ਤਾਂ ਖਾਸ ਕਰਕੇ ਆਪ ਬਥੇਰੋ ਇੱਥੇ ਤੁਰੀ ਫਿਰੂ ਨਾ ਜਦੋਂ ਇੱਥੇ ਜਾਂਦੀ ਆ ਰੋਜ਼ ਬੱਸਾਂ ਤੇ ਚੜ ਚੜ ਕੇ ਉਦੋਂ ਨਹੀਂ ਕੁਛ ਦੁਖਦਾ ਫਿਰ ਹੁਣ ਦਵਾਈ ਤਾਂ ਦਵਾਉਣੀ ਹੈ ਐਂ ਤਾਂ ਨਹੀਂ ਸਰਦਾ ਹੁੰਦਾ ਫੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਹਿਤਾ ਵੀ ਕੱਲ ਨੂੰ ਤੂੰ ਮੇਰੇ ਨਾਲ ਹੀ ਜਾਏਗਾ ਉਹ ਤੇਰੇ ਨਾਲ ਜਾ ਤਾਂ ਬੜੂਆ ਤੂੰ ਮੈਨੂੰ ਤਾਂ ਪੁੱਛ ਲੈਂਦੀ ਵੀ ਭਾਈ ਤੈਨੂੰ ਕੋਈ ਕੰਮ ਹੈਗਾ ਕਿ ਨਹੀਂ ਮੈਂ ਤਾਂ ਬਿਨਾਂ ਪੁੱਛੀ ਹਾਂ ਕਰਦੀ ਲੈ ਹਾਂ ਕਰਨ ਵਾਲੀ ਕਿਹੜੀ ਗੱਲ ਮੈਂ ਕਿਸੇ ਬਗਾਨੇ ਨੂੰ ਹਾਂ ਕੀਤੀ ਆ ਮੇਰੀ ਮਾਂ ਦਾ ਫੋਨ ਸੀ ਉਹ ਇੰਨੇ ਚਾਹ ਨਾਲ ਮੇਰੀ ਭਰਜਾਈ ਨੇ ਕਿਹਾ ਮੇਰੇ ਭਰਾ ਨੇ ਕਿਹਾ ਤੂੰ ਤਾਂ ਕਹਿਤਾ ਅੱਛਾ ਪਹਿਲਾਂ ਮੈਂ ਤੈਨੂੰ ਪੁੱਛਦੀ ਉਹ ਮੈਨੂੰ ਦੂਰ ਹੋ ਗਏ ਕਹਿਤਾ ਤੂੰ ਤਾਂ ਯਾ ਕਮਾਲ ਹੋ ਗਈ ਤੁਹਾਡੀ ਮੈਂ ਤਾਂ ਹੁਣ ਵਿਚਾਲੇ ਫਸ ਗਿਆ ਹੁਣ ਮੈਂ ਦੱਸ ਕਿਹਨੂੰ ਹਾਂ ਕਰਾਂ ਕਿਹਨੂੰ ਨਾ ਕਰਾਂ ਮੈਂ ਤੈਨੂੰ ਕਹਿਤਾ ਮੈਨੂੰ ਨਹੀਂ ਪਤਾ ਆਪਦੀ ਮਾਂ ਨੂੰ ਨਾ ਕਰ ਮੈਨੂੰ ਕਿਵੇਂ ਨਾ ਕਰੇਗਾ ਮੇਰੇ ਨਾਲ ਤਾਂ ਤੜਕੇ ਜਾਣੇ ਪਊ ਗੱਲ ਸੁਣ ਲੈ ਮੇਰੀ ਢੰਗ ਨਾਲ ਨਾਲੇ ਬਈ ਮੈਂ ਤਾਂ ਹੁਣ ਮਾਂ ਨੂੰ ਕਹਿ ਆਇਆ ਕਿ ਤੂੰ ਤਿਆਰ ਹੋ ਜਾ ਮੈਂ ਤੈਨੂੰ ਦਵਾਈ ਦਵਾ ਕੇ ਲੈ ਕੇ ਆਉਣਾ
रोज मां दे सिर ते कल्ला ओदी सुनी चलिया कर मेरी ना को गल मन्नी कदे हुण है मुंह बना के रह गया जी दवाई विच आउनी हुण दवा लिया तड़के तां मैं जाऊंगी ओ जावड़ी जावड़ी ਤੁਸੀਂ ਤਾਂ ਮੈਨੂੰ ਵਿਚਾਲੇ ਪਸਾ ਲੈਣੀ ਆ ਮੈਂ ਦੱਸ ਹੋਰ ਕੀ ਕਰਾਂ ਕਰਨਾ ਕੀ ਆ ਆਪਣੀ ਮਾਂ ਨਾਲ ਇੱਕ ਪਾਸਾ ਕਰ ਹੋਰ ਕਰਨਾ ਤੂੰ ਫੇਰ ਤੇ ਸਵਾਹ ਨਹੀਂ ਮੈਂ ਇਹ ਬੁੜੀ ਦਾ ਨਾ ਪਤਾ ਨਹੀਂ ਕੀ ਬਣੂਆ ਜਿੱਦੇ ਮੈਂ ਕਿਤੇ ਜਾਣਾ ਹੁੰਦਾ ਉੱਦੀ ਆਪਦਾ ਕੰਮ ਵਿਚਾਲੇ ਪਸਾ ਕੇ ਬੈਠ ਜਾਂਦੀ ਆ ਆ ਕਿ ਹੁਣ ਮੇਰੇ ਦੁੱਖ ਦੇ ਗੋਡੇ ਨਾ ਵੀ ਜਦੋਂ ਲੋਕਾਂ ਦੇ ਘਰਾਂ 'ਚ ਤੁਰੀ ਫਿਰਦੀ ਰਹੀ ਚੁਗਲੀਆਂ ਕਰਨਾ ਉਦੋਂ ਤਾਂ ਤੇਰਾ ਕੁਛ ਦੁੱਖਦਾ ਨਹੀਂ ਤੇ ਅੱਜ ਤੇਰੇ ਨਵੇਂ ਲੈ ਦੀ ਗੋਡੇ ਦੁਖਣ ਲੱਗ ਗਏ ਕਰਦੀ ਆ ਲੱਛਣ ਇਹ तू तो जानकी तैयार हो जानी है मुंह चक लेनी है साडे नाल ही असि नहीं किते जाना मैं तैनू कल दा कह रख्या मैं भी आख्या इनू दवाई दवा के लिया दो आख्या इनू बीरपाल कहा सी मैनू मां ने कल जो दवाई दवाण गया ना मैं ही तेनू दसना भूल गया यार कानू कानू तू लच्छन ना करे कर इने कहया नी हुणी तैयार होई आ जान गया ते लगा ते तेनू मैं सी पर तू केड़ा मेरे तो पुछया सीगा उदो आ दी मां नु आ महारी हो के जबान देती मेरे तो पुछ के करे सारा कुछ अच्छा हुण मैं हरेक गल पहले तैथो पुछया करा आपदी मां नु ना कुछ कही एनू कह दे मैनू कह दियो वो मेरी भैन तो बीमार है मैं पता लैन जाना मैनू कह दियो ये तो साढ़े चार दिन पया जन्मदिन च फिर मना लियो जन्मदिन लड्डू खा तू फरदा पतंदरा तू ब्याह ना कराई क्यों की गल हो गई देख ला ਮੈਨੂੰ ਕਹਿ ਦਿੰਦੀ ਆ ਕਦੇ ਕਿੱਧਰ ਲੈ ਕੇ ਜਾ ਕਦੇ ਕਿੱਧਰ ਲੈ ਕੇ ਜਾ ਉਧਰੋਂ ਮਾਂ ਮੂੰਹ ਮੋਟਾ ਕਰ ਲੂਗੀ ਕਦੇ ਮਾਂ ਕਹਿ ਦਿੰਦੀ ਆ ਮੈਨੂੰ ਆਪਦੀ ਰਿਸ਼ਤੇ 'ਚ ਲੈ ਕੇ ਜਾ ਵਿਚਾਲੇ ਫਸਿਆ ਬੈਠਾ ਉਹ ਲੈ ਕੇ ਜਾਣਾ ਹੀ ਪੈਂਦਾ ਫਿਰ ਉਹ ਨਹੀਂ ਯਾਰ ਲੋੜ ਹੀ ਨਹੀਂ ਆਉਂਦੀ ਕਿਸੇ ਹਿਸਾਬ ਨਾਲ ਤੂੰ ਮੈਨੂੰ ਦੱਸ ਯਾਰ ਕੀ ਕਰਿਆ ਜਾਵੇ ਉਹ ਤੂੰ ਪਹਿਲਾਂ ਪਿਆਰ ਨਾਲ ਗੱਲ ਕਰਿਆ ਕਰ ਉਹ ਪਿਆਰ ਨਾਲ ਨਹੀਂ ਸਮਝਦੀਆਂ ਮੈਨੂੰ ਤਾਂ ਟਿੱਚ ਨਹੀਂ ਜਾਂਦੀਆਂ ਉਦੋਂ ਨੇ ਜਾਣੀਆਂ ਯਾਰ ਇੱਕ ਹੱਲ ਹੈਗਾ ਫਿਰ
तू चक बांस दी डांग इधर गट्टे ते उधर गट्टे ते देखी पानी भर दया फिर देखी सब्जी गर्म मिला करू रोटी गर्म चोपड़ी रोटी मिला करू भी घ्यो भी इना इना मिला करूगा बिच बिना कहे तो पाया करे तत्ता पानी नहाण वास्ते लीड़े ऐ प्रेस कमाल यार मिलू सा डांग नाल ऊन ही मिलता है कमेंट करके जरूर दस्यो भी अगला पार्ट लेके आईए जा ना लेके आईए और साडी वीडियो नू वध तो वध शेयर करया करो और वाई दा चैनल आ इन्हां दे चैनल नू करो सबसक्राइब और बैल आइकन जरूर दबा लिया करो ता जो नोटिफिकेशन सब तो पहलां तुहाडे कोल पहुंच सके सत श्री अकाल सत श्री अकाल ठीक गल सुन लो चुप कर जो चुप कर जा तू ना के तैनू मेरा मुंह खलवाया तू ओ चुप कर दे चुप कर जो क्यों लेना तुसी क्यों जान लेने से आया की हो गया सी भेने बाला झजू जा पाई जाने सी तुसी क्यों जुलूस कढ़दी हो रोज रोज थोड़ा यही काम हो गया चलो उधर जाके थप ना हाथी कपड़े तो ठीक है ना आ जाके घर च बंदे होए मार 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 गोली दे मार गोली आया